मैं एडवोकेट कुलविंदर कौर। 1991 दे विच इक परचा दर्ज हुंदा है मंडी धनौरा जिला अमरोहा यूपी दे विच। उहदे विच की हुंदा है कि एक रात दे टाइम एक वारदात हुंदी है जिस दे विच पुलिस और कुछ एक जिहड़े बंदे ने उन्हां दे विच एक वारदात हुंदी है। तो वह वारदात सिर्फ इदां हुंदी है कि एक ट्रैक्टर ते कुछ लोग आंदे ने ते पुलिस दी गड्डी दे उत्ते जिहड़ी फायरिंग करदे ने जिहदे विच पुलिस मुलाजम जिहड़े ने मारे जांदे ने। सो उन्हां दे लगदी है जी 302-307 ते टाडा एक्ट लग जांदा है उस टाइम दे विच क्योंकि टाडा प्रचलित सीगा उस टाइम ये एक्ट चल रहा सीगा। ਉਹਦੇ ਵਿੱਚ ਨਾਮਜ਼ਦ ਹੁੰਦੇ ਨੇ ਜੀ 13 ਬੰਦੇ ਜਿਨ੍ਹਾਂ ਦੇ ਵਿੱਚ ਦੋ ਲੇਡੀਜ਼ ਨੇ ਉਹਨਾਂ ਪਰਿਵਾਰਕ ਮੈਂਬਰਾਂ ਨੇ। ਅਤੇ ਮੇਨ ਰੀਜ਼ਨ ਕੀ ਹੈ ਇਹ ਸਭ ਨੂੰ ਦੱਸਣ ਦਾ ਆਪ ਸਭ ਨੂੰ ਕਿ ਇਹ ਇੱਕ ਟਰੈਕਟਰ ਦੇ ਆਧਾਰ 'ਤੇ ਪਰਚਾ ਦਰਜ ਹੁੰਦਾ ਹੈ ਕਿ ਲਾਲ ਟਰੈਕਟਰ ਸੀਗਾ ਜਿੱਥੇ ਰਾਤ ਫਾਇਰਿੰਗ ਹੋਈ ਪੁਲਿਸ ਮੁਲਾਜ਼ਮ ਮਾਰੇ ਗਏ ਅਤੇ ਉਹ ਟਰੈਕਟਰ ਜਿਹੜਾ ਸੀਗਾ ਲਾਲ ਸੀਗਾ। ਸੋ ਉਹ ਲਾਲ ਟਰੈਕਟਰ ਜਦੋਂ ਇਨਕੁਆਇਰੀ ਹੁੰਦੀ ਹੈ ਕਿ ਜਿਹੜੇ ਮੁਲਾਜ਼ਮ ਮਰੇ ਨੇ ਟਰੈਕਟਰ ਸੀਗਾ ਜਦੋਂ ਫਾਇਰਿੰਗ ਹੋਈ ਤਾਂ ਪਹਿਲਾਂ ਇੱਕ ਫੋਰਡ ਟਰੈਕਟਰ ਹੈਗਾ ਜਿਨ੍ਹਾਂ ਦੇ ਕੋਲ ਉਸ ਪਰਿਵਾਰ ਦੀ ਇਨਕੁਆਇਰੀ ਹੁੰਦੀ ਹੈ ਅਤੇ ਉਹ ਕਿਤੇ ਨਾ ਕਿਤੇ ਆ ਕੇ ਗੱਲ ਮੁੱਕ ਜਾਂਦੀ ਹੈ ਕਿ ਇਹ ਜਿਹੜਾ ਟਰੈਕਟਰ ਹੈ ਫੋਰਡ ਨਹੀਂ ਸੀਗਾ ਲਾਲ ਰੰਗ ਦਾ ਟਰੈਕਟਰ ਸੀਗਾ। ਤਾਂ ਫਿਰ ਇਹ ਕਿਹਾ ਜਾਂਦਾ ਕਿ ਜਿਹੜਾ ਉਹ ਲਾਲ ਰੰਗ ਦਾ ਟਰੈਕਟਰ ਸੀਗਾ ਉਹਦਾ ਪਤਾ ਕਰੋ ਵੀ ਉਹ ਲਾਲ ਟਰੈਕਟਰ ਕਿਹਦੇ ਕੋਲ ਹੈ। ਸੋ ਉੱਥੇ ਯੂਪੀ ਦੇ ਵਿੱਚ ਕੁਝ ਕੁ ਪਰਿਵਾਰ ਨੇ ਜਿਹੜੇ ਸਿੱਖ ਪਰਿਵਾਰ ਸੀਗੇ ਉੱਥੇ ਆਲੇ ਦੁਆਲੇ ਇਨਕੁਆਇਰੀ ਕੀਤੀ ਗਈ ਅਤੇ ਉਹ ਲਾਲ ਟਰੈਕਟਰ ਜਿਹੜਾ ਸੀਗਾ ਭਾਈ ਦਿਆਲ ਸਿੰਘ ਸੁੱਚਾ ਸਿੰਘ ਜਿਹੜੇ ਸੀਗੇ ਉਹਨਾਂ ਦੇ ਘਰੋਂ ਮਿਲਿਆ। ਇੱਕ ਲਾਲ ਟਰੈਕਟਰ ਮਿਲਿਆ, ਉਹ ਟਰੈਕਟਰ ਮਿਲਿਆ ਅਤੇ ਨਹੀਂ ਮਿਲਿਆ ਉਹ ਗੱਲ ਨਹੀਂ ਹੈ, ਗੱਲ ਇਹ ਹੈ ਕਿ ਲਾਲ ਟਰੈਕਟਰ ਮਿਲ ਗਿਆ। ਸੋ ਉਹ ਲਾਲ ਟਰੈਕਟਰ ਦੇ ਆਧਾਰ 'ਤੇ ਹੀ ਭਾਈ ਦਿਆਲ ਸਿੰਘ ਸੁੱਚਾ ਸਿੰਘ ਸੁਰਿੰਦਰ ਸਿੰਘ ਸਤਨਾਮ ਸਿੰਘ ਅਤੇ ਹੋਰ ਇਸੇ ਤਰ੍ਹਾਂ ਹੀ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀ ਪੰਜਾਬ ਸੀ ਜਾਂ ਯੂਪੀ ਦੇ ਵਿੱਚ ਸੀ ਉਹਨਾਂ ਦੇ 13 ਜਾਣਿਆਂ ਦੇ ਉੱਤੇ ਜਿਹੜਾ ਪਰਚਾ ਵਾ ਦਰਜ ਹੋ ਜਾਂਦਾ ਹੈ। ਸੋ ਇਹ ਪਰਚੇ ਦੇ ਵਿੱਚ ਉਹ ਪਰਿਵਾਰ ਦੇ ਜਿਹੜੇ ਆ ਇਹ ਜਿੰਨੇ ਵੀ ਨਾਮਜ਼ਦ ਹੁੰਦੇ ਨੇ 1994 ਦੇ ਵਿੱਚ ਜਮਾਨਤ 'ਤੇ ਆ ਜਾਂਦੇ ਨੇ। 1994 ਤੋਂ ਲੈ ਕੇ 2017 ਤੱਕ ਇਹ ਸਾਰੇ ਜਣੇ ਜਮਾਨਤ 'ਤੇ ਰਹਿੰਦੇ ਨੇ। 27 ਸਾਲ ਜਮਾਨਤ 'ਤੇ ਰਹਿਣ ਤੋਂ ਬਾਅਦ 2017 ਦੇ ਵਿੱਚ ਫੈਸਲਾ ਹੁੰਦਾ ਹੈ ਕਿ ਇਹ ਜਿਹੜੇ ਸਾਡੇ ਸਿੱਖ ਸਿਆਸੀ ਕੈਦੀ ਨੇ ਉਹਨਾਂ ਨੂੰ ਜਿਹੜੀ ਆ ਉਮਰ ਕੈਦ ਹੋ ਜਾਂਦੀ ਅਤੇ ਉਹਨਾਂ ਦੇ ਵਿੱਚੋਂ ਜਿਹੜੇ 6 ਜਣੇ ਨੇ ਉਹਨਾਂ ਨੂੰ ਜਿਹੜੀ ਆ ਬਰੀ ਕਰ ਦਿੱਤਾ ਜਾਂਦਾ ਹੈ। ਅਤੇ ਸਜ਼ਾ ਜਿਹੜੀ ਹੁੰਦੀ ਹੈ ਸਜ਼ਾ ਸਿਰਫ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਘਰ ਦੇ ਵਿੱਚੋਂ ਉਹ ਟਰੈਕਟਰ ਦੀ ਰਿਕਵਰੀ ਹੋਈ ਹੁੰਦੀ ਹੈ। ਟਰੈਕਟਰ ਦਾ ਨੰਬਰ ਕੋਈ ਵੈਰੀਫਾਈ ਨਹੀਂ ਕੀਤਾ ਜਾਂਦਾ, ਉਹ ਟਰੈਕਟਰ ਸੀਗਾ ਉਹ ਵੀ ਵੈਰੀਫਾਈ ਨਹੀਂ ਕੀਤਾ ਜਾਂਦਾ, ਸਿਰਫ ਇੱਕ ਲਾਲ ਟਰੈਕਟਰ ਦੇ ਆਧਾਰ 'ਤੇ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋ ਜਾਂਦੀ ਹੈ। ਸੋ ਜਦੋਂ 1992-93 ਦੇ ਦੌਰਾਨ ਵਿੱਚ ਕਿਹਾ ਗਿਆ ਸੀਗਾ ਕਿ ਜਿਹੜਾ ਟਾਡਾ ਐਕਟ ਹੈ ਉਹ ਖਤਮ ਕੀਤਾ ਜਾਏਗਾ ਅਤੇ ਉਹਨਾਂ ਦੇ ਵਿੱਚ ਜਿਹੜੀਆਂ ਲੇਡੀਜ਼ ਸੀ ਉਹਨਾਂ ਨੂੰ ਜਿਹੜਾ ਵਾ ਉਹ ਟਾਡਾ ਐਕਟ ਦੇ ਵਿੱਚੋਂ ਜਿਹੜਾ ਉਹ ਪਰਚੇ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਜਦੋਂ ਉੱਥੇ ਮੁਲਾਇਮ ਸਿੰਘ ਯਾਦਵ ਦੀ ਜਿਹੜੀ ਸੀ ਸਰਕਾਰ ਸੀ ਉਹਨਾਂ ਦੇ ਦੁਆਰਾ, ਅਤੇ ਹੁਣ ਇਹ ਲੇਟੈਸਟ ਅਪਡੇਟ ਇਹ ਹੈ ਜੀ ਇਹ ਜਿਹੜੇ ਬੰਦੇ ਜਿਹੜੇ 4 ਬੰਦੇ ਨੇ ਸੁਰਿੰਦਰ ਸਿੰਘ ਸਤਨਾਮ ਸਿੰਘ ਸੁੱਚਾ ਸਿੰਘ ਅਤੇ ਦਿਆਲ ਸਿੰਘ ਜਿਨ੍ਹਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਈ ਆ ਉਹਨਾਂ ਦੇ ਵਿੱਚੋਂ ਦਿਆਲ ਸਿੰਘ ਅਤੇ ਸੁੱਚਾ ਸਿੰਘ ਜਿਹੜੇ ਆ ਉਹਨਾਂ ਦੇ ਫਾਦਰ ਬੂਟਾ ਸਿੰਘ ਜੀ ਦੀ ਡੈਥ ਹੋ ਗਈ ਸੀਗੀ ਅਤੇ ਡੈਥ ਦੇ ਦੌਰਾਨ ਉਹਨਾਂ ਨੂੰ ਜਿਹੜੀ ਮੁਰਾਦਾਬਾਦ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਜਿਹੜੀ ਜੇਲ੍ਹ ਅਥਾਰਟੀ ਆ ਉਹਨਾਂ ਨੇ ਉਹਨਾਂ ਨੂੰ ਅੰਤਿਮ ਸੰਸਕਾਰ 'ਤੇ ਆਉਣ ਦੀ ਆਗਿਆ ਨਹੀਂ ਦਿੱਤੀ। ਸੋ ਸਿੱਖ ਰਿਲੀਫ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਗਈ ਉਹਨਾਂ ਦੀ ਟੈਂਪਰੇਰੀ ਬੇਲ ਵਾਸਤੇ, ਅਤੇ ਜਿਹਦੇ ਵਿੱਚ ਬਹਿਸ ਹੋਣ ਤੋਂ ਬਾਅਦ ਉਹਨਾਂ ਨੂੰ 3 ਦਿਨ ਦੀ ਕਸਟਡੀ ਪੈਰੋਲ ਮਿਲੀ। ਉਹ ਬੰਦੇ ਆਪਣੇ ਫਾਦਰ ਸਾਹਿਬ ਦੇ ਜਿਹੜੇ ਸੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਅਤੇ ਉਹ ਬੜੇ ਖੁਸ਼ ਹੋਏ ਕਿ ਅਸੀਂ ਜਿਹੜੇ ਆਪਣੇ ਫਾਦਰ ਸਾਹਿਬ ਦੀਆਂ ਹੋਰ ਜਿਹੜੀਆਂ ਅੰਤਿਮ ਰਸਮਾਂ ਸੀ ਉਹ ਨਹੀਂ ਕਰ ਪਾਏ, ਪਰ ਜਿਹੜੇ ਉਹਨਾਂ ਦੀ ਆਖਰੀ ਜਿਹੜੀ ਅਰਦਾਸ ਸੀਗੀ ਭੋਗ ਦੀ ਉਹਦੇ ਵਿੱਚ ਅਸੀਂ ਸ਼ਾਮਿਲ ਹੋਏ ਹਾਂ। ਉਹਨਾਂ ਨੇ ਸਿੱਖ ਰਿਲੀਫ ਦਾ ਭਾਈ ਬਲਬੀਰ ਸਿੰਘ ਬੈਂਸ ਦਾ ਅਤੇ ਸੁਪਰੀਮ ਕੋਰਟ ਦੇ ਜਿਹੜੇ ਕੋਲਿਨ ਗੌਨਸੇਵ ਜਿਹੜੇ ਵਕੀਲ ਸਾਹਿਬ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ। ਸੋ ਮੇਰੇ ਕਹਿਣ ਦਾ ਮਤਲਬ ਇਹੀ ਆ ਕਿ ਕਿਤੇ ਨਾ ਕਿਤੇ ਜਿਹੜੀ ਇਹ ਸਰਕਾਰ ਹੈ ਉਹਨਾਂ ਨੂੰ ਇਹਨਾਂ ਦੇ ਬਾਰੇ ਸੋਚਣਾ ਚਾਹੀਦਾ ਹੈ, ਕਿਉਂਕਿ ਇਹ ਬੰਦੇ ਜੇ 27 ਸਾਲ ਬਾਅਦ ਰਹਿ ਕੇ ਜਮਾਨਤ 'ਤੇ ਰਹਿ ਕੇ ਕੋਈ ਅਜਿਹਾ ਐਕਟ ਨਹੀਂ ਕਰਦੇ ਜੋ ਸਰਕਾਰ ਦੇ ਖਿਲਾਫ ਹੈ ਜਾਂ ਸਾਡੇ ਸੁਸਾਇਟੀ ਦੇ ਖਿਲਾਫ ਹੈ, ਉਹ ਇੰਨਾ ਟਾਈਮ ਕੋਈ ਐਕਟ ਨਹੀਂ ਕਰਦੇ ਤਾਂ ਉਹਨਾਂ ਨੂੰ ਹੁਣ ਜਿਹੜੀਆਂ ਇਹ ਸਜ਼ਾਵਾਂ ਵਾ ਉਹ ਨਹੀਂ ਸੀ ਬਣਦੀ। ਸੋ ਇਹਨਾਂ ਨੂੰ ਜਿਹੜੀ ਜਿਹੜੀ ਪਹਿਲਾਂ ਬੇਲ ਸੀਗੀ ਸਿੱਖ ਰਿਲੀਫ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਲਗਵਾਈ ਗਈ ਸੀ ਜਿਹੜੀ ਇਹਨਾਂ ਦੀ ਰਿਜੈਕਟ ਕਰ ਦਿੱਤੀ ਗਈ।
ਸੋ ਹੁਣ ਫਿਰ ਦੁਬਾਰੇ ਇਹਨਾਂ ਦੀ ਜ਼ਮਾਨਤ ਦੀ ਜਿਹੜੀ ਅਰਜ਼ੀ ਹੈ ਉਹ ਜਲਦੀ ਲਗਵਾਈ ਜਾਏਗੀ ਅਤੇ ਜਿਹੜਾ ਸੁਪਰੀਮ ਕੋਰਟ ਹੈ ਉਹਨਾਂ ਨੂੰ ਇਹਨਾਂ ਦੇ ਪ੍ਰਤੀ ਜਿਹੜਾ ਆਪਣਾ ਰਵੱਈਆ ਵਾ ਇੱਕ ਨਰਮ ਰੱਖ ਕੇ ਤਾਂ ਇਹਨਾਂ ਨੂੰ ਅੰਤਿਮ ਜਿਹੜੀ ਬੇਲ ਹੈ ਉਹ ਦੇ ਦਿੱਤੀ ਜਾਣੀ ਚਾਹੀਦੀ। ਇਹਦੇ ਵਿੱਚ ਹੀ ਅਰਜੁਨ ਸਿੰਘ ਨੇ ਅਰਜੁਨ ਸਿੰਘ ਸੀਗੇ ਉਹਨਾਂ ਦਾ ਜਿਹੜਾ ਸੀਗਾ ਕਿ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੇਰੇ 'ਤੇ ਯੂਪੀ ਦੇ ਵਿੱਚ ਇੱਕ ਕੇਸ ਜਿਹੜਾ ਵਾ ਰਜਿਸਟਰ ਹੈ ਉਹ ਡਰਦੇ ਯੂਪੀ ਵਾਪਸ ਨਾ ਗਏ। 1991 ਦੇ ਵਿੱਚ ਉਹਨਾਂ 'ਤੇ ਪਰਚਾ ਦਰਜ ਹੁੰਦਾ ਹੈ ਅਤੇ 1992 ਦੇ ਵਿੱਚ ਜਿਹੜਾ ਹੈ ਉਹਨਾਂ ਦਾ ਪੰਜਾਬ ਦੇ ਵਿੱਚ ਇਨਕਾਊਂਟਰ ਕਰ ਦਿੱਤਾ ਜਾਂਦਾ ਹੈ। ਸੋ ਇਸੇ ਤਰ੍ਹਾਂ ਹੀ ਸੁਰਿੰਦਰ ਸਿੰਘ ਨੇ ਜਿਹੜੇ 91 ਦੇ ਵਿੱਚ ਜਦੋਂ ਅਰੈਸਟ ਪੈਂਦੀ ਹੈ ਅਤੇ 92-93 ਦੇ ਵਿੱਚ ਜਿਹੜੀ ਆ ਉਹਨਾਂ ਦੀ ਜੇਲ੍ਹ ਦੇ ਅੰਦਰ ਜਿਹੜੀ ਆ ਡੈਥ ਹੋ ਜਾਂਦੀ ਆ। ਅਤੇ ਜਿਵੇਂ ਹੋਰ ਕੇਸਿਸ ਜਿਹੜੇ ਨੇ ਮਾਲੇਗਾਓਂ ਲੈ ਲਓ, ਜਿਹੜੇ ਸਮਝੌਤਾ ਐਕਸਪ੍ਰੈਸ ਹੈ ਉਹਨਾਂ ਦੇ ਵਿੱਚ ਦੇਖਿਆ ਜਾਏ ਤਾਂ ਉਹਨਾਂ ਦੇ ਵਿੱਚ ਜਿਹੜੇ ਉਹ ਅਕਿਊਜ਼ ਨੇ ਉਹ ਸਾਰੇ ਹੀ ਰਿਹਾਅ ਹੋ ਚੁੱਕੇ ਨੇ। ਉਹਨਾਂ ਦੇ ਕੇਸਾਂ ਦੇ ਜਿਹੜੇ ਫੈਸਲਾ ਜਿਹੜਾ ਹੈ ਬਹੁਤ ਜਲਦੀ ਹੋ ਗਿਆ ਹੈ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਇਹਨਾਂ ਦੇ ਵੀ ਜਿਹੜੇ ਕੇਸ ਨੇ ਇਹਨਾਂ ਦਾ ਵੀ ਫੈਸਲਾ ਜਿਹੜਾ ਵਾ ਇਹਨਾਂ ਦੇ ਹੱਕ 'ਚ ਕਰਕੇ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਇਹ ਆਲਰੇਡੀ ਹੀ ਸੀਨੀਅਰ ਸਿਟੀਜ਼ਨਸ ਦੇ ਵਿੱਚ ਆ ਗਏ ਹੋਏ ਨੇ। ਕਿਸੇ ਦੀ ਉਮਰ 70 ਸਾਲ ਹੈ, ਕਿਸੇ ਦੀ 65 ਹੈ, ਕਿਸੇ ਦੀ 50, ਮਤਲਬ ਕਿ 60-65 ਤੋਂ ਨੀਚੇ ਕਿਸੇ ਦੀ ਉਮਰ ਨਹੀਂ ਹੈਗੀ, ਇਹ ਬਜ਼ੁਰਗ ਨੇ। ਸੋ ਬਜ਼ੁਰਗਾਂ ਨੂੰ ਹੁਣ ਅੰਦਰ ਬਿਠਾ ਕੇ ਵੀ ਕੀ ਕਰਨਾ ਹੈ? ਜੇ ਉਹ 27 ਸਾਲ ਬਾਹਰ ਰਹਿ ਕੇ ਵੀ ਕੁਛ ਨਹੀਂ ਕਰੇ ਤਾਂ ਉਹਨਾਂ ਨੇ ਹੁਣ ਵੀ ਬਾਹਰ ਆ ਕੇ ਕੁਛ ਨਹੀਂ ਕਰਨਾ, ਆਪਣੇ ਪਰਿਵਾਰਾਂ 'ਚ ਬੈਠਣਗੇ। ਜਿਹੜਾ ਉਹਨਾਂ ਦਾ ਆਖਰੀ ਸਮਾਂ ਰਹਿ ਗਿਆ ਹੈ, ਜਿੰਨੀ ਵੀ ਉਹਨਾਂ ਦੀ ਅਗਲੀ ਜ਼ਿੰਦਗੀ ਰਹਿ ਗਈ ਹੈ, ਉਹ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਜਿਹੜੀ ਉਹ ਵਧੀਆ ਤਰ੍ਹਾਂ ਗੁਜ਼ਾਰ ਸਕਣ।